धारीवाल बेटे के युवक का शव बरामद होने पर कपूरथला क्षेत्र में शोक की लहर दौड़ गई। बताया गया है कि युवक हरजीत सिंह कल सुबह सुबह अपने डेरे पर गया था और पैर फिसलने के कारण नदी में गिर गया। काफी देर की मशक्कत के बाद गोताखोरों की टीम ने ब्यास नदी के गहरे पानी से उसका शव बरामद किया। मृतक हरजीत सिंह धारीवाल बेटे कपूरथला का रहने वाला था। जानकारी के अनुसार पता चला है कि हरजीत सिंह पुत्र बलदेव सिंह उम्र 40 वर्ष था और वह अपने पीछे पत्नी और बच्चों को छोड़ गया। गांव के लोगों ने बताया कि जब उन्हें पता चला कि हरजिंदर सिंह पानी में बह गया है तो उन्होंने अपने स्तर पर उसे ढूंढने की काफी कोशिश की, लेकिन पानी गहरा होने के कारण ग्रामीणों को इसमें सफलता नहीं मिली। कई घंटों की भाग दौड़ के बाद जब लुधियाना से गोताखोर की टीम आती है तो उन्हें हरजिंदर सिंह का शव मिल जाता है। बाकी कोई प्रशासन जेडे आए सी वो चल गए आ, बाकी NDRF आए उन्हां नूं चाहिदे सी मुकाउणे, इलाके ने नहीं, ये साडे पिंड दे बंदे आ, उन्हां नूं मोहरे आउणा चाहिदा सी, उह मुकाउंदे अपनियां टीमां। कि सवेर दा बंदा इदां होया वा, चलो खून वी कीते आ कि नहीं कोई नहीं आया मोहरे होके। उन्हां दे परिवार च कौन कौन आ? उन्हां दे परिवार च उन्हां दा बाप आ, माई आ, इक उन्हां दी पत्नी आ ते तीन बच्चे आ। हांजी गोताखोर चरण जी, इस जिहड़ा नौजवान लापता होया सीगा, इन्नू 6-7 घंटे तो इहदी भाल कीती जांदी सी, ਜਦਕਿ ਤੁਸੀਂ ਸਿਰਫ 5-10 ਮਿੰਟਾਂ ਚ। ਹਾਂਜੀ ਸਰ, ਇਦਾਂ ਨਾ ਸਾਨੂੰ 8 ਵਜੇ ਫੋਨ ਆਇਆ ਸੀ ਚਾਰ ਸਾਹਿਬ ਦਾ, ਤੋ ਅਸੀਂ ਫਿਰ ਉੱਥੇ 11-12 ਪਹੁੰਚੇ ਸੀ ਲੁਧਿਆਣੇ ਤੋਂ ਹੈਗੇ, ਸਾਨੂੰ ਟਾਈਮ ਲੱਗ ਗਿਆ ਆਉਂਦੇ ਨੂੰ। ਹਾਂਜੀ ਸਿੰਘ ਸਾਹਿਬ, ਕੀ ਨਾਮ ਤੁਹਾਡਾ? ਹਰਬਨ ਸਿੰਘ। ਹਰਬਨ ਸਿੰਘ ਜੀ, ਜਦੋਂ ਇਹ ਨੌਜਵਾਨ ਪਾਣੀ ਦੇ ਵਿੱਚ ਲਾਪਤਾ ਹੋਇਆ ਉਦੋਂ ਤੁਸੀਂ ਮੌਕੇ ਤੇ ਸੀਗੇ? ਮੌਕੇ ਤੇ ਐਵੇਂ ਮੌਕੇ ਤੇ ਸੀ, ਉਹਦਾ ਤਾਇਆ ਵੀ ਮੌਕੇ ਤੇ ਸਕਾ ਤਾਇਆ। ਕੀ ਵਜ੍ਹਾ ਰਹੀ ਉਹਦਾ ਪਾਣੀ ਦੇ ਵਿੱਚ ਉਤਰਨ ਦੀ? ਪਾਣੀ ਦੇ ਉਤਰਨ ਦੀ ਵਜ੍ਹਾ ਇਹੋ ਹੀ ਵੀ ਉਹ ਖੂਹ ਆ ਉਹਨਾਂ ਦਾ, ਉਹ ਅੱਗੇ ਨਿਗਾਹ ਰੱਖੋ, ਖੂਹ ਆ ਅੱਗੇ, ਖੂਹ ਦੇਖਣ ਤੇ ਉੱਥੇ ਸਾਡਾ ਕਹਿੰਦਾ ਗੱਡਾ ਗੁੱਡਾ ਵੱਧਾ ਹੋਇਆ, ਉਹ ਦੇਖਣ ਜਾਣਾ ਵੀ ਰੋਡ ਰਾਡ ਨਾਲ ਗਿਆ ਹੋਵੇ ਤਾਂ ਹੈਗਾ, ਤੇ ਸਾਨੂੰ ਵੀ ਕਹਿੰਦਾ ਉਹ ਚੱਲੀਏ, ਐਂ ਕਿਹਾ ਵੀ ਅਜੇ ਨਹੀਂ ਜਾਣਾ, ਅਸੀਂ ਸ਼ਾਮ ਨੂੰ ਵੇਖਾਂਗੇ, ਚੰਗਾ ਹੈ ਮੈਂ ਲੰਘ ਜਾਂਦਾ, ਪਰ ਰੋਣ ਕੇ ਲੰਘਣਾ ਹੁਣ ਹੀ ਲੰਘਾਉਣ ਡੇ ਹੁਣ। ਤੁਹਾਨੂੰ ਅੰਦਾਜ਼ਾ ਨਹੀਂ ਸੀਗਾ ਪਾਣੀ ਡੂੰਘਾ ਹੋ ਸਕਦਾ? ਪਾਣੀ ਉਹਦੇ ਜਿੱਥੋਂ ਤੱਕ ਗਿਆ ਵਾ ਇੱਦਾਂ ਇੱਦਾਂ ਆਇਆ, ਇੱਥੋਂ ਤੱਕ ਪਾਣੀ ਸੀ ਉਹਦੇ, ਅਤੇ ਤਾਏ ਉਹਦੇ ਨੇ ਆਵਾਜ਼ਾਂ ਮਾਰੀਆਂ, ਹਰੀ ਮੁੜਿਆ ਵਾਪਸ ਆ ਜਾ, ਜਦੋਂ ਮੁੜਨ ਲੱਗਾ ਉਹਦੇ ਪੈਰ ਨਿਕਲ ਗਏ, ਰੋੜੇ ਪੈ ਗਏ। ਮਤਲਬ ਕਿੰਨੀ ਕੁ ਅੱਗੇ ਗਿਆ ਸੀਗਾ? ਇੱਥੇ ਲਾਗੇ ਗਿਆ ਸੀ, ਬਾਹਲੀ ਦੂਰ ਨਹੀਂ ਗਾ, ਵਿੱਚ ਪਾਣੀ ਮਤਲਬ ਉੱਥੇ ਉਹਦੇ ਇੰਨਾ ਇੰਨਾ ਆਇਆ ਸੀ, ਬਗਲਾ ਤੋਂ ਥੱਲੇ ਥੱਲੇ ਹੈ, ਮਤਲਬ ਲੱਖ ਲੱਖ ਪਾਣੀ, ਲੱਖ ਲੱਖ ਤੋਂ ਥੋੜ੍ਹਾ ਤਾਂ ਹੋਊ, ਲੱਖ ਲੱਖ ਹੋਊ ਇੰਨਾ ਪਾਣੀ। ਕਾਫੀ ਹੱਥ ਪੈਰ ਮਾਰਨ ਦੀ ਕੋਸ਼ਿਸ਼ ਕੀਤੀ ਹੋਣੀ? ਕੋਸ਼ਿਸ਼ ਬਥੇਰੀ ਕੀਤੀ, ਹੁਣ ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਇਹ ਤਰਨ ਜਾਣਦਾ ਸੀ ਨਹੀਂ ਜਾਣਦਾ, ਤੇ ਜਦੋਂ 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 ਬਾਅਦ 'ਚ ਵੀ ਸਾਨੂੰ ਤਾਂ ਇਹ ਭੁਲੇਖਾ ਰਿਹਾ ਵੀ ਖਾਨੀ ਉੱਦਾਂ ਰੋੜੇ ਪੈ ਗਿਆ ਵਾ ਤੇ ਚੰਬੀਆਂ ਚੰਬੀਆਂ ਲਾਉਂਦਾ। ਹਾਂਜੀ ਹਾਂਜੀ, ਇੱਥੇ ਨਾ ਇੱਕ ਹਰਜੀਤ ਸਿੰਘ ਉਰਫ ਹਰੀ ਸਿੰਘ ਪੁੱਤਰ ਬਲਦੇਵ ਸਿੰਘ ਜੀ ਦੀ ਉਮਰ 40 ਸਾਲ ਆ, ਉਹ ਸਵੇਰੇ 7 ਵਜੇ ਆਪਣਾ ਉਹਦਾ ਖੂਹ ਅੱਗੇ ਮੰਡ ਦੇ ਵਿੱਚ ਅਤੇ ਖੂਹ ਉਹਨੂੰ ਜਾ ਰਿਹਾ ਸੀਗਾ, ਉਹਦਾ ਕਿਤੇ ਪੈਰ ਸਕਿੱਪ ਹੋ ਗਿਆ ਅਤੇ ਉਹ ਜਿਹੜਾ ਉਹ ਪਾਣੀ 'ਚ ਚਲੇ ਗਿਆ ਥੱਲੇ, ਅਤੇ ਅਜੇ ਤੱਕ ਉਹਦੀ ਜਿਹੜੀ ਡੈੱਡ ਬੋਡੀ ਨਹੀਂ ਮਿਲੀ। ਡੈੱਡ ਬੋਡੀ ਲੱਭਣ ਵਾਸਤੇ ਗੋਤਾਖੋਰ ਮੰਗਾਏ ਆ,